ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਉਹਨਾਂ ਸਾਨੂੰ ਕਿਹਾ ਭਰੋਸਾ ਦਿਵਾਇਆ ਵੀ ਤੁਹਾਡੇ ਪੈਸੇ ਅਸੀਂ ਲੈ ਕੇ ਕੰਮ ਕਰਾਂਗੇ, 1,00,000 ਰੁਪਇਆ ਪਹਿਲਾਂ ਲਾਵਾਂਗੇ, 1,00,000 ਰੁਪਇਆ ਜੋ ਨੌਕਰੀ ਤੋਂ ਹਾਜ਼ਰ ਹੋ ਗਏ ਉਦੋਂ ਦਿੱਤਾ ਉਦੋਂ ਲਵਾਂਗੇ ਤੁਹਾਡੇ ਤੋਂ। ਇਸੇ ਤਰ੍ਹਾਂ ਸਾਨੂੰ ਬਗਲਾਵੇ ਦੇ ਵਿੱਚ ਲਿਆ ਗਿਆ, ਬੱਚਿਆਂ ਨੂੰ ਸਰਕਾਰੀ ਨੌਕਰੀਆਂ SGPC ਵਿੱਚ ਦਿੱਤੀਆਂ ਜਾਣਗੀਆਂ, ਪੱਕੇ ਤੌਰ 'ਤੇ ਮੁਲਾਜ਼ਮ ਰੱਖੇ ਜਾਣਗੇ। ਸਾਥੋਂ ਜਿਹੜੇ ਪੈਸੇ ਲੈਣੇ ਜੀ ਕੁੱਲ 23,85,000 ਰੁਪਈਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਆਏ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਸਿਆਸੀ ਧਿਰਾਂ ਵੱਲੋਂ ਬੜੇ ਇਲਜ਼ਾਮ ਲੱਗਦੇ ਨੇ ਕਿ ਸਿਆਸੀ ਧਿਰਾਂ ਦਾ ਹੱਥ ਠੋਕਾ ਬਣ ਕੇ ਚੱਲਦੀ ਹੈ SGPC, ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਹੱਥ ਠੋਕਾ ਬਣ ਕੇ ਚੱਲਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਫਿਰ ਪ੍ਰਧਾਨ ਜਾਂ ਜਥੇਦਾਰ ਜਿੰਨਾ ਮਰਜ਼ੀ ਇਨਕਾਰ ਕਰਦੇ ਹੋਣ ਕਿ ਅਜਿਹਾ ਕੁਝ ਵੀ ਨਹੀਂ ਹੈ, ਇੱਕ ਜਿਉਂਦਾ ਜਾਗਦਾ ਸਬੂਤ ਹਾਲ ਹੀ ਦੇ ਵਿੱਚ ਸਾਹਮਣੇ ਆਇਆ ਹੈ ਜੋ ਵੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਕਿ SGPC ਦੇ ਸਕੱਤਰ ਵਿਜੇ ਸਿੰਘ ਨੇ ਕਿੱਦਾਂ ਲੱਖਾਂ ਰੁਪਇਆ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਨਾਮ ਤੇ ਲਿੱਤਾ ਆਮ ਸੰਗਤ ਤੋਂ ਉਹਨਾਂ ਨੂੰ SGPC ਦੇ ਵਿੱਚ ਨੌਕਰੀ ਦੇਣ ਦੇ ਚੱਲਦਿਆਂ। ਨਾਲ ਇਹ ਵੀ ਕਿਹਾ ਗਿਆ ਕਿ ਇਲੈਕਸ਼ਨਸ ਚੱਲ ਰਹੀਆਂ ਨੇ, ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਪਾਰਟੀ ਫੰਡ ਵੀ ਚਾਹੀਦਾ ਹੈ। ਹੋਰ ਕੀ ਕੁਝ ਕਿਹਾ, ਇਸ ਸਭ ਮਾਮਲੇ ਦਾ ਖੁਲਾਸਾ ਕੀਤਾ ਦਰਬਾਰੇ ਖਾਲਸਾ ਜਥੇਬੰਦੀ ਦੇ ਪ੍ਰਧਾਨ ਭਾਈ ਹਰਜਿੰਦਰ ਸਿੰਘ ਮਾਝੀ ਨੇ, ਜਿਹਨਾਂ ਦੇ ਕੋਲ ਇਹ ਵੀਰ ਅਲੱਗ ਅਲੱਗ ਇਲਾਕਿਆਂ ਤੋਂ ਪਹੁੰਚੇ ਸਨ ਆਪਣਾ ਦੁਖੜਾ ਲੈ ਕੇ। ਆਖਿਰ ਕੀ ਕੁਝ ਕਿਹਾ ਇਹਨਾਂ ਨੇ ਤੇ ਕੀ ਖੁਲਾਸੇ ਕੀਤੇ SGPC ਬਾਰੇ ਦੇਖੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰਿਓ, ਅੱਜ ਮੇਰੇ ਕੋਲ ਸਾਡੇ ਵੀਰ ਜਿਹੜੇ ਪਾਤੜਾਂ ਪਟਿਆਲਾ ਇਲਾਕੇ ਦੇ ਵੱਖ ਵੱਖ ਪਿੰਡਾਂ ਦੇ ਵਿੱਚੋਂ ਨੇ, ਇਹ ਪਹੁੰਚੇ ਨੇ। ਮੈਂ ਬੜੇ ਅਫਸੋਸ ਨਾਲ ਆਪ ਜੀ ਦੇ ਧਿਆਨ ਵਿੱਚ ਲਿਆ ਰਿਹਾ ਕਿ 11 ਅਪ੍ਰੈਲ ਨੂੰ ਵੀ ਇਹਨਾਂ ਵਿੱਚੋਂ ਕੁਝ ਵੀਰ ਮੇਰੇ ਕੋਲ ਆਏ ਸੀ। ਇਹਨਾਂ ਤੋਂ ਬਹੁਤ ਪੈਸੇ, ਕਿਸੇ ਤੋਂ 50,000, ਕਿਸੇ ਤੋਂ 1,00,000 ਰੁਪਈਆ ਸ਼੍ਰੋਮਣੀ ਕਮੇਟੀ ਦੇ ਸਕੱਤਰ ਵਿਜੈ ਸਿੰਘ ਨੇ ਲੈ ਲਿਆ ਕਿ ਮੈਂ ਤੁਹਾਨੂੰ ਨੌਕਰੀਆਂ 'ਤੇ ਲਵਾ ਦੂੰਗਾ। ਮੈਂ ਇਹਨਾਂ ਵੀਰਾਂ ਨੂੰ ਕਿਹਾ ਵੀ ਇਹ ਤੁਹਾਡੀ ਗਲਤੀ ਹੈ ਇਸ ਤਰ੍ਹਾਂ ਰਿਸ਼ਵਤ ਦੇਣੀ। ਇਹ ਕਹਿੰਦੇ ਵੀ ਸਾਡੀਆਂ ਸਮੱਸਿਆਵਾਂ ਸੀ, ਇਹ ਸਾਡੀ ਕਮਜ਼ੋਰੀ ਹੈਗੀ ਹੈ, ਪਰ ਉਹਨਾਂ ਨੇ ਸਾਡਾ ਜਿਹੜਾ ਪੈਸਾ ਹੈ ਉਹ ਲੈ ਲਿਆ ਸਾਡੇ ਤੋਂ, ਅਤੇ ਹੁਣ ਉਹ ਟਾਲ ਮਟੋਲ ਕਰ ਰਹੇ ਨੇ। ਇਹਨਾਂ ਨਾਲ ਕੀ ਵਾਪਰਿਆ? ਅੱਜ ਇਹ ਦੁਬਾਰਾ ਫਿਰ ਅੱਜ ਵੀ ਇਹ ਅੰਮ੍ਰਿਤਸਰ ਸਾਹਿਬ ਗਏ, ਉੱਥੇ ਇਹਨਾਂ ਦੀ ਸੁਣਵਾਈ ਨਹੀਂ ਹੋਈ। ਇਹ ਮੈਨੂੰ ਕਹਿੰਦੇ ਵੀ ਤੁਹਾਨੂੰ ਮਿਲਦੇ ਹਾਂ, ਮੈਂ ਕਿਹਾ ਮਿਲੋ, ਵੈਲਕਮ, ਮੈਂ ਅਸੀਂ ਤੁਹਾਡੇ ਨਾਲ ਪਰਛਾਵਾਂ ਬਣ ਕੇ ਖੜਾਂਗੇ ਜਿੰਨੇ ਜੋਗੇ ਹਾਂ, ਸਾਡੀ ਜਥੇਬੰਦੀ ਦਰਬਾਰੇ ਖਾਲਸਾ ਲੜਾਈ ਲੜੂਗੀ ਜਿੰਨੇ ਜੋਗੀ ਹੈਗੀ ਆ, ਅਤੇ ਤੁਸੀਂ ਦ੍ਰਿੜ ਰਹੋ। ਮੈਂ ਇਹਨਾਂ ਨੂੰ ਪਹਿਲਾਂ ਹੀ ਇਹ ਸਾਫ਼ ਗੱਲਾਂ ਕਰਤੀਆਂ ਕਿ ਹੁਣ ਤੁਹਾਨੂੰ ਵੱਡੇ ਵੱਡੇ ਲੋਕਾਂ ਦੇ ਫੋਨ ਵੱਜਣਗੇ, ਤੁਹਾਨੂੰ ਤਾਰੋ ਪੀੜ ਕਰਨ ਦੀ ਕੋਸ਼ਿਸ਼ ਕੀਤੀ ਜਾਊਗੀ। ਇਹ ਮਸਲਾ ਕੀ ਹੈ, ਇਹਨਾਂ ਵੀਰਾਂ ਤੋਂ ਹੀ ਆਪਾਂ ਸੁਣਦੇ ਹਾਂ, ਇਹਨਾਂ ਕੋਲ ਬਹੁਤ ਸਾਰੇ ਪਰੂਫ ਨੇ, ਚੈੱਕ ਦਿੱਤੇ ਹੋਏ ਨੇ। ਬਕਾਇਦਾ ਇਹਨਾਂ ਨੂੰ ਇਹ ਕਿਹਾ ਗਿਆ ਕਿ ਪ੍ਰਧਾਨ ਸੁਖਬੀਰ ਸਿੰਘ ਬਾਦਲ, ਉਹਨਾਂ ਦੇ ਜਿਹੜਾ ਚੋਣ 'ਤੇ ਖਰਚਾ ਵੀ ਆਉਣਾ, ਉਹ ਫੰਡ ਵੀ ਚਾਹੀਦਾ। ਇਹ ਗੱਲਾਂ ਬਾਤਾਂ ਇਹ ਆਪਣੇ ਮੂੰਹੋਂ ਤੁਹਾਨੂੰ ਦੱਸਦੇ ਨੇ, ਸਾਡੇ ਸਤਿਕਾਰਯੋਗ ਵੀਰ ਆਪਣੇ ਨਾਂ ਦੱਸ ਕੇ, ਆਪਣੀ ਜਗ੍ਹਾ ਦੱਸ ਕੇ, ਸਾਰੀ ਗੱਲਬਾਤ ਦੱਸੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਦਾ ਨਾਮ ਦੇਸਰਾਜ ਸਿੰਘ, ਸ਼ੀਸ਼ ਮਹਿਲ ਕਲੋਨੀ ਪਟਿਆਲਾ ਦਾ ਰਹਿਣ ਵਾਲਾ। ਮੈਂ ਇੱਕ ਗੁਰਦੁਆਰੇ ਡਿਊਟੀ ਕਰਦਾ ਗ੍ਰੰਥੀ ਸਿੰਘ ਦੀ। ਸਾਰੀ ਸੰਗਤਾਂ ਨੂੰ ਬੇਨਤੀ ਹੈ ਕਿ ਪਿਛਲੇ ਸਾਲ ਅਗਸਤ ਮਹੀਨੇ ਵਿੱਚ 2018 ਨੂੰ ਸ਼੍ਰੋਮਣੀ ਕਮੇਟੀ ਵੱਲੋਂ ਇਸ਼ਤਿਹਾਰ ਦਿੱਤੇ ਗਏ ਸੀ ਕਿ ਸ਼੍ਰੋਮਣੀ ਕਮੇਟੀ ਵਿੱਚ ਨੌਕਰੀਆਂ ਨਿਕਲੀਆਂ ਸੇਵਾਦਾਰਾਂ ਦੀਆਂ ਔਰ ਵੱਖ ਵੱਖ ਅਹੁਦਿਆਂ ਲਈ। ਉਹਦੇ ਵਾਸਤੇ ਪਟਿਆਲੇ ਤੋਂ ਕੁਝ ਮੁਲਾਮ ਸੀ ਸ਼੍ਰੋਮਣੀ ਕਮੇਟੀ ਦੇ, ਉਹਨਾਂ ਸਾਨੂੰ ਮਿਲੇ। ਉਹਨਾਂ ਨੇ ਕਿਹਾ ਵੀ ਸਾਡੀ ਇੱਦਾਂ ਪੈਸੇ ਲੈ ਕੇ ਰੱਖ ਰਹੇ ਨੇ ਬੰਦੇ, ਤਾਂ ਅਸੀਂ ਤੁਹਾਡੇ ਉੱਪਰ ਗੱਲ ਕਰਾਂ। ਉਹਨਾਂ ਸਾਡੀ ਗੱਲ ਵਿਜੇ ਸਿੰਘ ਸਕੱਤਰ, ਅਡੀਸ਼ਨਲ ਸਕੱਤਰ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਸਾਹਿਬ,
ਉਹਨਾਂ ਨਾਲ ਗੱਲ ਕਰਾਈ। ਉਹਨਾਂ ਨੇ ਸਾਨੂੰ ਕਿਹਾ ਭਰੋਸਾ ਦਿਵਾਇਆ ਵੀ ਤੁਹਾਡੇ ਪੈਸੇ ਅਸੀਂ ਲੈ ਕੇ ਕੰਮ ਕਰਾਂਗੇ, 1 ਲੱਖ ਰੁਪਇਆ ਪਹਿਲਾਂ ਲਵਾਂਗੇ, 1 ਲੱਖ ਰੁਪਇਆ ਜੋ ਨੌਕਰੀ ਤੋਂ ਹਾਜ਼ਰ ਹੋ ਗਏ ਉਦੋਂ ਦਿੱਤਾ ਉਦੋਂ ਲਵਾਂਗੇ ਤੁਹਾਡੇ ਤੋਂ। ਇਹ ਪਾਰਟੀ ਫੰਡ ਕਹਿ ਕੇ ਉਹਨਾਂ ਨੇ ਲਿਆ ਵੀ ਤੁਹਾਨੂੰ ਇਹਦੀ ਰਸੀਦ ਦਿੱਤੀ ਜਾਊਗੀ ਬਕਾਇਦਾ ਵੀ ਜਦੋਂ ਤੁਸੀਂ ਹਾਜ਼ਰ ਹੋ ਗਏ ਨੌਕਰੀ 2 ਲੱਖ ਮਿਲ ਗਿਆ ਉਦੋਂ ਤੁਹਾਨੂੰ ਰਸੀਦ ਦਿੱਤੀ ਜਾਊਗੀ। ਉਹਦੇ ਵਿੱਚ ਜੇ ਅਸੀਂ ਗਰੀਬ ਲੋਕ ਫਸ ਗਏ, ਅਸੀਂ ਪੈਸੇ ਚੱਕ ਕੇ ਜਿੱਦਾਂ ਵੀ ਅਸੀਂ ਆਪਣੇ ਰੁਜ਼ਗਾਰ ਚਲਾਉਣਾ, ਬੱਚਿਆਂ ਦੀ ਪਰਵਰਿਸ਼ ਵਾਸਤੇ ਅਸੀਂ ਕੀਤਾ, ਚੱਕ ਚੁਕਾ ਕੇ ਪੈਸੇ ਦਿੱਤੇ ਇਹਨਾਂ ਨੂੰ, ਮੇਰੀਆਂ 3 ਬੇਟੀਆਂ ਜੀ ਛੋਟੇ ਛੋਟੀਆਂ ਜੀ, ਠੀਕ ਹੈ। ਉਸ ਤੋਂ ਬਾਅਦ ਜੀ ਇਹਨਾਂ ਨੇ ਕੋਈ ਸਾਡਾ ਇਹਨਾਂ ਨੇ ਕੋਈ ਗੱਲ ਨਹੀਂ ਸੁਣੀ, ਟਾਲ ਮਲੋਲ ਕਰਦੇ ਰਹੇ। ਸਤੰਬਰ ਵੀ ਲੰਘਾ, ਸਤੰਬਰ ਨੂੰ ਕਹਿੰਦੇ ਸੀ ਵੀ ਤੁਹਾਡੀ ਅਗਸਤ ਸਤੰਬਰ ਤੋਂ ਬਾਅਦ ਸਤੰਬਰ 'ਚ ਤੁਹਾਡੀ ਹੋ ਜਾਏਗੀ, ਜੁਆਇਨਿੰਗ ਹੋ ਜਾਏਗੀ। ਸਾਡਾ ਕਿਸੇ ਨੇ ਕੋਈ ਇਹਨਾਂ ਨੇ ਫੋਨ ਚੱਕਣੇ ਬੰਦ ਕਰਤੇ। ਬਾਅਦ ਵਿੱਚ ਅਸੀਂ ਬਹੁਤ ਰੌਲਾ ਪਾਇਆ ਇਹਨਾਂ ਨੂੰ ਮਿਲੇ ਵੀ ਜਾ ਕੇ। ਫਿਰ ਜਿਹੜਾ ਵਿਜੇ ਸਿੰਘ ਸਕੱਤਰ ਉਹ ਸਾਡੇ ਕੋਲ ਪਟਿਆਲੇ ਆਇਆ ਵੀ ਸਾਡੇ ਕੋਲ, ਸਾਨੂੰ ਮਿਲਿਆ ਆ ਕੇ, ਸਾਨੂੰ ਲਿਖ ਕੇ ਦੇ ਕੇ ਗਿਆ ਆਪਣੇ ਚੈੱਕ ਦੇ ਗਿਆ, ਮੈਂ ਤੁਹਾਡੇ ਪੈਸੇ ਮੈਂ ਵਾਪਸ। ਆਹ ਚੈੱਕ ਹੈਗੇ ਵੀਰ ਜੀ, ਤੁਸੀਂ ਦੇਖ ਸਕਦੇ ਹੋ, ਚੈੱਕ ਨੇ ਸਵ ਵਿਜੇ ਸਿੰਘ ਸਕੱਤਰ ਦੇ, ਠੀਕ ਹੈ ਜੀ। ਠੀਕ ਹੈ ਜੀ, ਇਹ ਵੀਰ ਜੀ ਲਿਸਟ ਹੈਗੀ ਜਿੰਨੇ ਬੰਦੇ ਅਸੀਂ 20-22 ਬੰਦੇ ਹੈ ਪਟਿਆਲੇ ਤੋਂ, 20,18,000 ਰੁਪਇਆ ਬਣਦਾ ਸਾਰੇ ਗਰੀਬ ਬੰਦੇ ਨੇ ਜੀ, ਹਾਂ ਪਟਿਆਲੇ ਗਰੁੱਪ ਦਾ ਜੀ ਇਹ, ਹਾਂਜੀ ਇਹ 20,18,000-10 ਲੱਖ ਰੁਪਇਆ ਬਣਦਾ ਸਾਰਾ, 20,10,000 ਰੁਪਇਆ ਇਹ ਸਾਰਾ ਸਾਡਾ ਦਿੱਤਾ, ਠੀਕ ਹੈ ਜੀ। ਇਹ ਇਹ ਚੈੱਕ ਬਾਉਂਸ ਕਰਾਏ ਸਾਰੇ ਚੈੱਕ ਨੇ, ਇੱਕ ਇਹਨਾਂ ਦਾ ਬਾਉਂਸ ਹੋਇਆ ਚੈੱਕ ਸਾਰਾ ਕੁਛ ਜੀ, ਠੀਕ ਹੈ। ਇਹ ਸਾਨੂੰ ਵਿਜੇ ਸਿੰਘ ਸਕੱਤਰ ਉੱਥੇ ਲਿਖ ਕੇ ਦੇ ਕੇ ਗਿਆ ਸਾਨੂੰ ਬਕਾਇਦਾ, ਸਾਡੇ ਕੋਲ ਪਟਿਆਲੇ ਆ ਕੇ, ਸਾਡੇ ਕੋਲ ਵੀਡੀਓ ਹੈ ਵਿਜੇ ਸਿੰਘ ਸਕੱਤਰ ਦੀ ਸਾਰੀ ਜੀ, ਹੱਥ ਲਿਖ ਦੀ ਐਫੀਡੈਟ ਆ ਜੀ, ਹਾਂ ਜਿਹੜਾ ਪਟਿਆਲੇ ਦਾ ਮੁਲਾਜ਼ਮ ਸੀ ਨਾ ਉਹਨੇ ਸਾਨੂੰ ਕਚਹਿਰੀ 'ਚ ਬਣਾ ਕੇ ਦਿੱਤਾ ਐਫੀਡੈਟ, ਸ਼੍ਰੋਮਣੀ ਕਮੇਟੀ ਦੇ ਮੈਂ ਨੌਕਰੀਆਂ ਵਾਸਤੇ ਪੈਸੇ ਲਏ ਸੀ ਉਹ ਮੈਂ ਨਹੀਂ ਲਗਾ ਸਕਿਆ ਅਤੇ ਵਿਆਸ ਮੈਂ ਤੁਹਾਨੂੰ ਵਾਪਸ ਦਊਂਗਾ ਪੈਸੇ, ਠੀਕ ਹੈ ਜੀ। ਅਸੀਂ ਉਸ ਤੋਂ ਬਾਅਦ ਵੀਰ ਜੀ ਬੇਨਤੀ, ਅਸੀਂ ਸਾਰੇ ਪ੍ਰਧਾਨ ਲੌਂਗੋਵਾਲ ਸਾਹਿਬ ਕੋਲ ਅਸੀਂ ਬੇਨਤੀ ਕਰ ਚੁੱਕੇ, ਉਹਨਾਂ ਨੂੰ 3 ਵਾਰ ਮਿਲ ਚੁੱਕੇ ਅਸੀਂ ਜਾ ਕੇ, ਅਸੀਂ ਮੈਂਬਰਾਂ ਦੀ ਸਿਫਾਰਿਸ਼ਾਂ ਪਵਾ ਕੇ ਉਹਨਾਂ ਨੂੰ ਕਹਿ ਕੇ ਆ ਵੀ ਲਿਖਤੀ ਰੂਪ ਵਿੱਚ ਦੇ ਕੇ, ਉਹਨਾਂ ਦੇ PA ਨੂੰ ਵੀ ਦੇ ਕੇ, ਪਰਸਨਲ ਉਹਨਾਂ ਨੂੰ ਫੋਨ ਵੀ ਕੀਤੇ, ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ। ਅਖੀਰ ਨੂੰ ਉਹਨਾਂ ਨੇ ਇੱਕ ਸਬ ਕਮੇਟੀ ਬਣਾਈ ਜੀ, ਸਬ ਕਮੇਟੀ ਦੇ ਵਿੱਚ ਉਹਨਾਂ ਨੇ ਇੱਕ ਮੀਤ ਪ੍ਰਧਾਨ ਕਰਮੂਵਾਲਾ ਸਾਹਿਬ ਲਾਏ, ਇੱਕ ਸਕੱਤਰ ਸੁਖਦੇਵ ਸਿੰਘ ਭੂਰਾ ਕੋਨਾ ਲਾਏ, ਇੱਕ ਹੋਰ ਮੈਂਬਰ ਲਾਏ ਗਏ। ਉਹਨਾਂ ਨੇ ਸਾਨੂੰ ਪਹਿਲਾਂ 11 ਤਰੀਕ ਨੂੰ ਬੁਲਾਇਆ ਜੀ, 11 ਨੂੰ ਉਹਨਾਂ ਸਾਨੂੰ ਦੇ ਦਿੱਤੀ ਤਰੀਕ, ਫਿਰ 18 ਨੂੰ ਬੁਲਾਇਆ, ਹਾਂਜੀ ਠੀਕ ਹੈ, ਉਸ ਤੋਂ 18 ਨੂੰ ਸਾਨੂੰ ਬੁਲਾਇਆ ਜੀ। ਅਸੀਂ ਵੀਰ ਜੀ ਗਰੀਬ ਬੰਦੇ, ਆਪਣੀ ਡਿਊਟੀਆਂ ਛੱਡ ਕੇ ਜਾਂਦੇ, ਕਿਰਾਇਆ ਲਾ ਕੇ ਜਾਂਦੇ, ਸਾਨੂੰ 6-6 ਹਜ਼ਾਰ ਗੱਡੀਆਂ ਦਾ ਭਰ ਕੇ ਜਾਣਾ ਪੈਂਦਾ ਸੀ ਪੈਸੇ, ਹੋਰ ਦੁੱਗਣੇ ਉੱਪਰ ਅਸੀਂ ਹੋ ਕੇ ਕਰਜ਼ਾਈ ਹੋ ਗਏ ਇਹਨਾਂ ਦੇ ਪਿੱਛੇ ਲਾ ਕੇ। ਅੱਜ ਫਿਰ ਸਾਡੀ ਮੀਟਿੰਗ ਸੀ ਅੱਜ ਉੱਥੇ ਅੰਮ੍ਰਿਤਸਰ, ਮੈਂ 29 ਤਰੀਕ ਇਹਨੇ ਵਿਜੇ ਸਿੰਘ ਨੇ ਸਬ ਕਮੇਟੀ ਦੇ ਕੋਲ ਹਾਜ਼ਰ ਹੋ ਕੇ ਸਾਰਾ ਆਪਣਾ ਗੁਨਾਹ ਕਬੂਲ ਕਰ ਲਿਆ, ਠੀਕ ਹੈ ਜੀ। ਉਹਨਾਂ ਨੂੰ ਲਿਖਤੀ ਰੂਪ ਦਿੱਤਾ ਸਬ ਕਮੇਟੀ ਨੂੰ ਵੀ ਮੈਂ ਪੈਸੇ ਦੇਣੇ ਆ, ਮੈਂ ਇਹਨਾਂ ਦੇਊਂਗਾ, ਮੈਂ ਲਿਖ ਕੇ ਦਿੱਤੇ ਪੈਸੇ, ਹੈ ਮੈਂ 30 ਤਰੀਕ ਦਿੱਤੀ, 30-4 ਅਪ੍ਰੈਲ, ਠੀਕ ਹੈ ਜੀ, ਠੀਕ ਹੈ ਜੀ। ਉਸ ਤੋਂ ਬਾਅਦ ਹੁਣ 30 ਤਰੀਕ ਵੀ ਲੰਘ ਗਏ, ਅਸੀਂ 29 ਤਰੀਕ ਨੂੰ ਉੱਥੇ ਗਏ ਸੀ ਅੰਮ੍ਰਿਤਸਰ, ਮੈਂ ਆਪਣੇ ਬੱਚੇ ਵੀ ਲੈ ਕੇ ਗਿਆ ਉੱਥੇ, ਸਾਰੇ 2-3 ਪਰਿਵਾਰ ਆਪਣੇ ਬੱਚੇ ਲੈ ਕੇ ਗਿਆ, ਮੈਂ 3 ਕੁੜੀਆਂ ਮੇਰੀਆਂ ਛੋਟੇ ਛੋਟੇ ਉੱਥੇ ਲੈ ਕੇ ਗਏ, ਠੀਕ ਹੈ। ਸਾਡੀ ਉੱਥੇ ਕੋਈ ਸੁਣਵਾਈ ਨਹੀਂ, ਅੱਜ ਸਾਨੂੰ ਉੱਥੇ ਉਹਨਾਂ ਨੇ ਸਾਡੀ ਕੋਈ ਗੱਲ ਨਹੀਂ ਸੁਣੀ, ਅੱਜ ਮੀਟਿੰਗ ਉਹਨਾਂ ਨੇ ਬੁਲਾਈ, ਮੀਟਿੰਗ ਵਿੱਚ ਕੀ ਹੋਇਆ ਜੀ, ਇਹਨਾਂ ਨੇ ਕਮੇਟੀ ਨੇ ਕੀ ਕੀਤਾ, ਉਹ ਵਿਜੇ ਸਿੰਘ ਨੂੰ ਅੰਦਰ ਲਿਜਾ ਕੇ, ਇਹ ਸਭ ਕਮੇਟੀ ਨੇ ਅੰਦਰ ਉਹਦੇ ਨਾਲ ਗਿੱਟਮਿਟ ਕਰਕੇ ਸਾਨੂੰ ਆ ਕੇ ਬਾਹਰ ਲਿਖ ਕੇ ਦੇ ਦਿੱਤਾ ਵੀ ਇਹ 9 ਤਰੀਕ ਨੂੰ ਪੈਸੇ ਦੇ। ਅਸੀਂ ਉਹਨਾਂ ਗੱਲ ਮੰਨੀ ਨਹੀਂ, ਅਸੀਂ ਫਿਰ ਬਾਹਰ ਆ ਕੇ ਜੋ ਬੋਲਿਆ ਉਹਨਾਂ ਦੇ ਖਿਲਾਫ਼, ਅਸੀਂ ਨਾਅਰੇ ਵੀ ਲਾਏ, ਪਰ ਸਾਡੇ ਉਹਨਾਂ ਸਾਨੂੰ ਧੱਕੇ ਮਾਰ ਕੇ ਕੱਢਿਆ ਗਿਆ ਉੱਥੋਂ ਜੀ, ਸਾਨੂੰ ਸਾਰਿਆਂ ਨੂੰ। ਸਾਡੀ ਮੇਰੀ ਸੰਗਤ ਅੱਗੇ ਬੇਨਤੀ ਹੈ ਜੀ, ਅਸੀਂ ਛੋਟੇ ਛੋਟੇ ਸਾਡੇ ਬੱਚੇ ਆ, ਅਸੀਂ ਗਰੀਬ ਹੈਗੇ ਹਾਂ ਜੀ, ਮੈਂ 3,000 ਰੁਪਏ 'ਤੇ ਨੌਕਰੀ ਕਰਦਾ ਗੁਰਦੁਆਰਾ ਸਾਹਿਬ,
ਲੋਕਲ ਗੁਰਦੁਆਰਾ ਸ਼ੀਸ਼ ਮਹਿਲ ਕਲੋਨੀ ਵਿਖੇ, ਠੀਕ ਹੈ ਜੀ, ਸਾਡੀ ਸੁਣਵਾਈ ਕੀਤੀ ਜਾਵੇ। ਮੈਂ ਸ਼੍ਰੋਮਣੀ ਕਮੇਟੀ ਦੇ ਸਾਰੇ ਮੈਂਬਰਾਂ ਨੂੰ, ਪ੍ਰਧਾਨ ਨੂੰ ਬੇਨਤੀ ਕਰਾਂ, ਸੁਖਬੀਰ ਬਾਦਲ ਸਾਹਿਬ ਨੂੰ ਬੇਨਤੀ ਕਰਦਾ ਕਿ ਸਾਡੀ ਸੁਣਵਾਈ ਕੀਤੀ ਜਾਵੇ, ਨਹੀਂ ਤਾਂ ਸਾਨੂੰ ਮਜਬੂਰ ਹੋਣਾ ਪਏਗਾ ਫਿਰੋਜ਼ਪੁਰ ਅਤੇ ਬਠਿੰਡਾ ਏਰੀਏ 'ਚ ਜਾ ਕੇ ਆਪਣਾ ਦੁੱਖ ਦੱਸਣ ਵਾਸਤੇ ਲੋਕਾਂ ਨੂੰ, ਕਿਉਂਕਿ ਅਸੀਂ ਗਰੀਬ ਬੰਦੇ ਹਾਂ, ਅਸੀਂ ਇੰਨੇ ਆਪਣਾ ਦੁੱਖ ਦੱਸਣ ਵਾਸਤੇ ਅਸੀਂ ਕੁਛ ਕਰਾਂਗੇ। ਅਸੀਂ ਮੈਂ 4 ਦਿਨ ਹੋ ਗਏ ਮੇਰੇ ਬੱਚੇ ਉੱਥੇ ਲੈ ਕੇ ਬੈਠਣ ਨੂੰ, ਸਾਡੀ ਗੱਲ ਨਹੀਂ ਸੁਣੀ ਗਈ ਇਹਨਾਂ ਨੇ, ਠੀਕ ਹੈ ਜੀ। ਮੈਂ ਬੇਨਤੀ ਕਰਦਾਗਾ ਜਪ ਮਾਝੀ ਸਾਹਿਬ ਕੋਲ, ਇਹਨਾਂ ਨੇ ਸਾਨੂੰ ਸਹਾਰਾ ਦਿੱਤਾ ਥੋੜ੍ਹਾ ਜਿਹਾ, ਠੀਕ ਹੈ ਜੀ। ਮੈਂ ਬੇਨਤੀ ਕਰਦਾ ਸੁਖਬੀਰ ਬਾਦਲ ਨੂੰ ਔਰ ਵੱਡੇ ਬਾਦਲ ਸਾਹਿਬ ਨੂੰ ਕਿ ਸਾਡੀ ਸੁਣਵਾਈ ਕੀਤੀ ਜਾਵੇ ਜੀ। ਠੀਕ ਹੈ ਜੀ, ਬਹੁਤ ਧੰਨਵਾਦ। ਇਹ ਦੇਖੋ ਆਹ ਜਿਹੜੇ ਭਾਈ ਸਾਹਿਬ ਜੀ ਬੜੇ ਕੋਲ ਨੇ, ਇਹ ਵੀ ਦੱਸਦੇ ਨੇ ਇਹਨਾਂ ਕੋਲ ਜਿਹੜੇ ਵੱਖਰੇ ਪੈਸੇ ਨੇ ਜੀ, ਇਹਨਾਂ ਤੋਂ ਪੈਸੇ ਹੋਰ ਲੈ ਗਏ ਨੇ, ਉਹ ਆਪਣੇ ਬਾਰੇ ਥੋੜ੍ਹਾ ਦੱਸ ਦੇਣਗੇ ਵੀ ਕਿੰਨੇ ਪੈਸੇ ਲੈਣੇ ਸ਼ੋਰਟ 'ਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਗਿਆਨੀ ਗੁਰਚਰਨ ਸਿੰਘ, ਸੁਨਾਹ ਬੰਦ ਸਿੰਘ, ਪਿੰਡ ਕਕਰਾਲਾ ਭਾਈਕਾ, ਜ਼ਿਲ੍ਹਾ ਪਟਿਆਲਾ। ਸੋ ਸਾਡੇ ਨਾਲ ਵੀ ਇਸੇ ਤਰ੍ਹਾਂ ਜਿਸ ਤਰ੍ਹਾਂ ਭਾਈ ਦੇਸਰਾਜ ਹੋਰਾਂ ਨਾਲ ਹੋਇਆ, ਇਸੇ ਤਰ੍ਹਾਂ ਸਾਨੂੰ ਬਗਲਾਵੇ ਦੇ ਵਿੱਚ ਲਿਆ ਗਿਆ। ਪੋਸਟਾਂ ਦੇ ਸਾਨੂੰ ਲਾਲਚ ਦਿੱਤਾ ਗਿਆ ਵੀ ਤੁਹਾਨੂੰ ਬੱਚਿਆਂ ਨੂੰ ਸਰਕਾਰੀ ਨੌਕਰੀਆਂ SGPC ਵਿੱਚ ਦਿੱਤੀਆਂ ਜਾਣਗੀਆਂ, ਪੱਕੇ ਤੌਰ 'ਤੇ ਮੁਲਾਜ਼ਮ ਰੱਖੇ ਜਾਣਗੇ। ਸ਼ਰਤ ਹੈ ਵੀ ਜਿੱਦਾਂ ਦਾ ਕੁਆਲੀਫਿਕੇਸ਼ਨ ਆ ਉਹਦੇ ਆਧਾਰ ਦੇ ਉੱਤੇ, ਕਿਸੇ ਨੂੰ ਡਰਾਈਵਰ ਦਾ ਲਾਲਚ ਦੇ ਕੇ, ਕਿਸੇ ਨੂੰ ਕਿੰਨੇ ਪੈਸੇ ਲੈ ਗਏ ਜੀ? ਸਾਥੋਂ ਜਿਹੜੇ ਪੈਸੇ ਲੈ ਨੇ ਜੀ ਕੁੱਲ 23,85,000 ਰੁਪਈਆ। ਤੁਹਾਡੇ ਤੋਂ ਸਾਰੇ ਗਰੁੱਪ ਤੋਂ 20,10,000 ਇਹਨਾਂ ਦੇਖੋ ਜੀ, 20,10,000 ਇਹਨਾਂ ਤੋਂ ਲੈ ਗਏ, 23,85,000 ਇਹਨਾਂ ਤੋਂ ਲੈ ਗਏ, 23,85,000 ਰੁਪਈਆ ਇਹਨਾਂ ਤੋਂ ਲੈ ਗਏ, ਅਤੇ ਹੋਰ ਬਹੁਤ ਸਾਰੇ ਬੰਦੇ ਨੇ ਇੱਥੇ ਜੀ। ਜੀ ਹਾਂਜੀ, ਅਸੀਂ ਇਹੀ ਆਪਣਾ ਦੁੱਖ ਲੈ ਕੇ ਅੱਜ ਪਹੁੰਚੇ। ਸਾਨੂੰ ਵੀ ਲਾਰੇ ਅਤੇ ਲਾਰੇ, 4 ਫਰਵਰੀ ਦਾ ਪਹਿਲਾਂ ਸਾਨੂੰ ਵਿਜੇ ਸਿੰਘ ਨੇ ਲਾਰਾ ਲਾਇਆ ਵੀ ਮੇਰੇ ਲੜਕੇ ਦਾ ਵਿਆਹ, ਉਹ ਲੰਘ ਲੈਣ ਦਿਓ। ਤਰ੍ਹਾਂ ਤਰ੍ਹਾਂ ਦੇ ਸਾਨੂੰ ਉੱਥੋਂ ਲਾਰੇ ਲਾਏ ਜਾ ਰਹੇ ਨੇਗੇ, ਪਰ ਸਾਡੀ ਸੁਣਵਾਈ ਨਹੀਂ ਹੋ ਰਹੀ। ਇਸ ਕਰਕੇ ਅਸੀਂ ਬੜੇ ਪੀੜਿਤ ਹੋ ਕੇ, ਬੜੇ ਦੁਖੀ ਹੋ ਕੇ ਆਪਣੀਆਂ ਡਿਊਟੀਆਂ ਤੋਂ ਛੱਡ ਕੇ ਐਜ ਏ ਅਸੀਂ ਗ੍ਰੰਥੀ ਦੀ ਡਿਊਟੀ ਕਰ ਰਹੇ ਹਾਂਗੇ। ਉੱਧਰ ਵੀ ਕਦੇ ਕਿਸੇ ਸਿੰਘ ਨੂੰ ਨਿਤਨੇ ਵਾਸਤੇ ਕਹਿ ਕੇ ਆਈਦਾ, ਕਦੇ ਕਿਸੇ ਨੂੰ ਕਹਿ ਕੇ ਆਈਦਾ ਗਾ। ਹੁਣ ਵੀ ਲਗਭਗ ਅਸੀਂ 100-100 ਕਿਲੋਮੀਟਰ ਦੀ ਦੂਰੀ 'ਤੇ ਪਹੁੰਚਣਾ। ਇਸ ਕਰਕੇ ਅਸੀਂ ਆਪਣਾ ਦੁੱਖ ਮੀਡੀਆ ਰਾਹੀਂ ਸਾਰੇ ਲੋਕਾਂ ਨੂੰ ਦੱਸ ਰਹੇ ਹਾਂ। ਅਗਰ ਸਾਡੀ ਸੁਣਵਾਈ ਨਾ ਹੋਈ ਤਾਂ ਸਾਨੂੰ ਬਠਿੰਡਾ, ਫਿਰੋਜ਼ਪੁਰ, ਸੰਗਰੂਰ ਇਹਨਾਂ ਸ਼ਹਿਰਾਂ ਦੇ ਵਿੱਚ ਜਾ ਕੇ ਇਹਨਾਂ ਦੇ ਜਿਹੜੇ ਚਿੱਠੇ ਨੇ ਫੁਰਲਣੇ ਪੈਣਗੇ। ਇਸ ਕਰਕੇ ਸਾਨੂੰ ਪੂਰਾ ਵਿਸ਼ਵਾਸ ਦਵਾਇਆ ਵੀ ਤੁਹਾਨੂੰ ਪੈਸੇ ਦਵਾਓ, ਪਰ ਅੱਜ ਵੀ ਸਾਨੂੰ ਨਿਰਾਸ਼ੀ ਇਸ ਤਰ੍ਹਾਂ ਮੋੜਿਆ ਗਿਆ। ਇਸ ਗੱਲ ਦੇ ਉੱਤੇ ਸਾਰੇ ਜਿਹੜੇ ਸਮੁੱਚੀ ਕਮੇਟੀ ਹੈ, ਸਰਦਾਰ ਸੁਖਬੀਰ ਸਿੰਘ ਜੀ ਬਾਦਲ, ਬੀਬਾ ਹਰਸਿਮਰਤ ਕੌਰ ਬਾਦਲ, ਇਹਨਾਂ ਦੇ ਨਾਂ ਦੇ ਉੱਤੇ ਸਾਥੋਂ ਠੱਗੀ ਮਾਰੀ ਗਈ। ਜਦੋਂ ਪਟਿਆਲੇ ਦੇ ਵਿੱਚ ਰੈਲੀ ਸੀਗੀ, ਉਸ ਦਿਨ ਸੁਖਬੀਰ ਸਾਹਿਬ ਰੈਲੀ 'ਚ ਪਹੁੰਚੇ, ਸਾਨੂੰ ਉੱਥੇ ਬੁਲਾਇਆ ਗਿਆ ਵੀ ਜਿਹੜੇ ਫੰਡ ਹੈਗਾ ਇਹ ਸੁਖਬੀਰ ਸਿੰਘ ਉਹਨਾਂ ਨੂੰ ਦੇਣਾ ਗਾ। ਇਹ ਗੁਰਤੇਜ ਸਿੰਘ ਅਤੇ ਬੀਜੇ ਸਿੰਘ ਉਹਨਾਂ ਦੇ ਆਪਦੇ ਮੂੰਹ ਦੇ ਵਿੱਚੋਂ ਬੋਲ ਨੇਗੇ। ਕਹਿੰਦੇ ਪੈਸੇ ਥੋੜ੍ਹੇ ਸੁਖਬੀਰ ਕੋਲ ਜਾ ਰਹੇ ਨੇ ਉੱਥੇ। ਹਾਂ ਜੀ, ਉਹਨਾਂ ਇਹ ਸਾਰੇ ਬੰਦੇ ਇਸ ਗੱਲ ਦੀ ਗਵਾਹੀ ਭਰਦੇ ਨੇ ਜੀ, ਕਿਸੇ ਨੂੰ ਕੁਛ ਤਾਂ ਲਾਲਚ ਦਿੱਤਾ ਗਿਆ, ਕਿਸੇ ਨੂੰ ਕੁਛ ਲਾਲਚ ਦਿੱਤਾ ਗਿਆ, ਅਤੇ ਬਾਅਦ ਦੇ ਵਿੱਚ ਇਹ ਵੀ ਗੱਲਾਂ ਆਈਆਂ ਵੀ ਤੁਸੀਂ ਮੀਟਿੰਗ 'ਚ ਨਾ ਪਹੁੰਚੋ, ਮੈਂ ਤੁਹਾਨੂੰ ਕੰਪਰੋਮਾਈਜ਼ ਕਰਾਂਗਾ, ਸਿੱਧੇ ਪੈਸੇ ਦੇ ਦੇਵਾਂਗਾ। ਅੱਜ ਵੀ ਸਾਨੂੰ ਇਸੇ ਤਰ੍ਹਾਂ ਲਾਰਾ ਲੈ ਕੇ ਮੋੜ ਦਿੱਤਾ, ਪਰ ਸਾਨੂੰ ਭਰੋਸਾ ਨਹੀਂ ਸਾਡੇ ਪੈਸੇ ਦਿੱਤੇ ਜਾਣਗੇ, ਕਿਉਂਕਿ ਜਿਹੜੇ 22-23 ਬੰਦੇ ਨੇ ਉਹਨਾਂ ਨੇ ਮੇਰਾ ਚਿਹਰਾ ਦੇਖ ਕੇ ਵੀ ਬਾਬਾ ਜੀ ਗਿਆਨੀ ਜੁਣੀ ਪੈਸੇ ਦੇ ਰਹੇ ਨੇ, ਮੇਰੇ ਭਰੋਸੇ ਦੇ ਉੱਤੇ 22-23 ਬੰਦੇ ਫਸ ਗਏ, ਇਹ ਹੁਣ ਮੇਰੇ ਗੱਲ 'ਚ ਰੱਸਾ ਪਾਉਂਦੇ ਨੇ ਵੀ ਤੇਰੀ ਨਾਲ ਮਿਲੀ ਭੁਗਤਾ ਗਈ। ਇਸ ਕਰਕੇ ਮੈਂ ਆਪਣੇ ਬੱਚਿਆਂ ਦੇ ਬਚਾਅ ਵਾਸਤੇ, ਆਪਣੇ ਬਚਾਅ ਵਾਸਤੇ ਇਹ ਸੰਗਤ ਦੇ ਅੱਗੇ ਪੇਸ਼ ਹੋਇਆ, ਅਤੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ, ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ, ਉਹਨਾਂ ਨੂੰ ਬੇਨਤੀ ਕਰਦੇ ਹਾਂ ਵੀ ਇਹ ਸਾਡੇ ਜਿਹੜੇ, ਕਿਉਂਕਿ ਗਰੀਬਾਂ ਦੀ ਹਮਦਰਦ ਜਿਹੜੀ ਸਰਕਾਰ ਕਹਾਉਣ ਵਾਲੀ ਹੈ, ਉਹ ਅੱਜ ਅਮੀਰ ਨਵਾਜ਼ ਨਾ ਬਣੇ, ਗਰੀਬ ਨਵਾਜ਼ ਬਣ ਕੇ ਸਾਡਾ ਅੱਕਾ ਕੰਮ ਨੇਪਰੇ ਚਾੜਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਚੈੱਕ ਮਿਲਿਆ ਜੀ, ਮੈਂ ਇਹ ਪੁੱਛਣਾ ਚਾਹੁੰਦਾ, ਤੁਸੀਂ ਚੈੱਕ ਲਾਇਆ ਨਹੀਂ ਫਿਰ ਬੈਂਕ 'ਚ? ਆਹ ਲਾਇਆ।
ਦੱਸੋ ਜੀ ਤੁਹਾਡੇ ਨਾਲ ਵਾਪਰਿਆ ਇਹਨਾਂ ਨਾਲ, ਇਹ ਜਦੋਂ ਚੈੱਕ ਲੈ ਕੇ ਗਏ ਵਿਜੈ ਸਿੰਘ ਨੇ ਜਿਹੜਾ ਚੈੱਕ ਦਿੱਤਾ ਉਹ ਲੈ ਕੇ ਗਏ, ਫਿਰ ਕੀ ਹੋਇਆ ਜੀ? ਹਾਂਜੀ, ਚੈੱਕ ਅਸੀਂ 2 ਲੱਖ ਦਾ ਚੈੱਕ ਦਿਆ ਸੀ ਉਹਨਾਂ ਨੇ, ਮੈਂ ਉਹਨਾਂ ਕੋਲ ਗਿਆ ਸੀ ਚੈੱਕ ਲੈਣ ਵਾਸਤੇ ਅਤੇ ਉਹਨਾਂ ਨੇ ਮੈਨੂੰ 2 ਲੱਖ ਦਾ ਚੈੱਕ ਦਿਆ ਸੀਗਾ ਅਤੇ ਮੈਂ ਬੈਂਕ ਲਾ ਕੇ ਆਇਆ ਸੀ ਚੈੱਕ, ਅਤੇ ਇੱਕ ਦਿਨ ਲਾਇਆ ਅਤੇ ਤੀਜੇ ਦਿਨ ਮੈਂ ਗਿਆ ਜੀ ਉੱਥੇ, ਉਹ ਕਹਿੰਦੇ ਬਾਊਂਸ ਹੋ ਕੇ ਦੁਬਾਰਾ ਆ ਗਿਆ ਜੀ, ਕਹਿੰਦੇ ਥੋੜ੍ਹਾ ਜਿਹੜਾ ਚੈੱਕ ਹੈ ਜੀ ਇਹ ਖਾਲੀ ਹੈ, ਇੱਥੇ ਕੋਈ ਪੈਸਾ ਨਹੀਂ ਹੈਗਾ ਜੀ ਇਹਦੇ ਵਿੱਚ ਜੀ। ਅਤੇ ਜੀ ਅਤੇ ਚੈੱਕ ਜੀ ਮੈਂ ਵਾਪਸ ਲਿਆ ਅਤੇ ਉਹਨਾਂ ਨੇ ਲਿਖ ਕੇ ਦਿੱਤਾ ਜੀ ਕਿ ਚੈੱਕ ਵਿੱਚ ਕੋਈ ਪੈਸਾ ਨਹੀਂ ਹੈ ਜੀ। ਅਤੇ ਇਹਨਾਂ ਕੋਲ ਬਹੁਤ ਸਾਰੀਆਂ ਰਿਕਾਰਡਿੰਗ ਜੇ ਇਹਨਾਂ ਵੀਰਾਂ ਨੇ ਮੈਨੂੰ ਦੱਸਿਆ ਅਤੇ ਕੁਛ ਮੈਨੂੰ ਵੀਡੀਓ ਦਿਖਾਈਆਂ ਵੀ ਨੇ, ਅਤੇ ਇੱਕ ਵੀ ਸਰ ਸੀਗੇ ਉਹ ਦੱਸਦੇ ਨੇ ਵੀ ਪੈਸੇ ਜਿਹੜੇ ਕਿੱਥੇ ਗਏ ਇਹ ਵੀ ਮੈਨੂੰ ਦੱਸ ਰਹੇ ਸੀਗੇ, ਤੁਸੀਂ ਵੀ ਦੱਸੋ ਜੀ ਕੀ ਤੁਹਾਡੀ ਗੱਲ? ਹਾਂਜੀ, ਮੈਂ ਰਜਿੰਦਰ ਸਿੰਘ ਪਟਿਆਲੇ ਤੋਂ। ਹਾਂਜੀ, ਗੁਰਤੇਜ ਸਿੰਘ ਕਹਿੰਦਾ ਜੀ ਤੁਸੀਂ ਪਾਰਟੀ ਫੰਡ ਦੇਣਾ ਹੈ, 50,000 ਰੁਪਏ ਤੁਹਾਨੂੰ ਰਸੀਦ ਕੱਟ ਕੇ ਮਿਲੂਗੀ ਜੀ, ਜਿਹਦੀ ਨਾ ਤਾਂ ਸਾਨੂੰ ਕੋਈ ਰਸੀਦ ਮਿਲੀ ਹੈ ਨਾ ਤਾਂ ਮੈਨੂੰ ਨੌਕਰੀ ਲਵਾਇਆ ਗਿਆ ਜੀ, ਸਾਨੂੰ ਇਨਸਾਫ਼ ਚਾਹੀਦਾ ਜੀ, ਸਾਡੇ ਪੈਸੇ ਵਾਪਸ ਮੁੜਾਏ ਜਾਣ, ਨਹੀਂ ਤਾਂ ਸਾਨੂੰ ਨੌਕਰੀ ਦਵਾਈ ਜਾਵੇ ਜੀ, ਬਹੁਤ ਧੰਨਵਾਦ। ਸੋ ਇਹ ਹਾਲਾਤ ਨੇ ਜੀ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਤੁਸੀਂ ਵੀ ਕੁਛ ਕਹਿਣਾ ਜੀ ਉਹ ਦੱਸੋ। ਸਰ ਅਸੀਂ ਪ੍ਰਧਾਨ ਸਾਹਿਬ ਨੂੰ ਮਤਲਬ ਐਪਲੀਕੇਸ਼ਨ ਵੀ ਦੇ ਚੁੱਕੇ ਹਾਂ ਜੀ। ਹਾਂ, ਅੱਛਾ, ਗੋਬਿੰਦ ਸਿੰਘ ਲੌਂਗੋਵਾਲ ਨੂੰ? ਹਾਂਜੀ ਹਾਂਜੀ, ਗੁਰਤੇਜ ਸਿੰਘ ਅਤੇ ਵਿਜੇ ਸਿੰਘ ਦੇ ਖਿਲਾਫ਼ ਜੀ। ਹਾਂ, ਉਹਨਾਂ ਦੇ ਹਾਂਜੀ, ਠੀਕ ਹੈ। ਹਾਂ, ਕੋਈ ਕਾਰਵਾਈ ਨਹੀਂ ਹੋ ਰਹੀ ਜੀ। ਠੀਕ ਹੈ ਜੀ। ਹਾਂਜੀ, ਇਹ ਜੀ ਸ਼੍ਰੋਮਣੀ ਕਮੇਟੀ ਜਿਹੜੀ ਸਾਡੀ ਸ਼ਹੀਦਾਂ ਦੇ ਖੂਨ ਵਿੱਚੋਂ ਨਿਕਲੀ, ਬਹੁਤ ਸਾਰੀਆਂ ਸ਼ਹਾਦਤਾਂ ਦੇ ਕੇ ਹੋਂਦ ਵਿੱਚ ਲਿਆਂਦੀ ਗਈ, ਅਤੇ ਅੱਜ ਉੱਥੇ ਇੱਦਾਂ ਗਰੀਬ ਲੋਕਾਂ ਦੀ ਲੁੱਟ ਖਸੁੱਟ ਹੋ ਰਹੀ ਹੈ, ਕਿਸੇ ਤੋਂ 50,000 ਕਿਸੇ ਤੋਂ 1,00,000 ਰੁਪਈਆ ਜਿਵੇਂ ਇਹਨਾਂ ਵੀਰਾਂ ਨੇ ਮੈਨੂੰ ਦੱਸਿਆ ਅਤੇ ਡਾਕੂਮੈਂਟ ਕੁਝ ਦਿਖਾਏ ਨੇ ਉਹਦੇ ਆਧਾਰ 'ਤੇ ਮੈਂ ਗੱਲ ਕਰ ਰਿਹਾ। ਔਰ ਮੈਂ ਇਹਨਾਂ ਨੂੰ ਦਰਬਾਰੇ ਖਾਲਸਾ ਜਥੇਬੰਦੀ ਵੱਲੋਂ ਇਹ ਭਰੋਸਾ ਦਿਵਾਉਣਾ ਕਿ ਇਹ ਵੀਰ ਜਿਵੇਂ ਵੀ ਇਹ ਲੜਾਈ ਲੜਨਾ ਚਾਹੁਣਗੇ, ਕਾਨੂੰਨੀ ਤੌਰ 'ਤੇ ਲੜਾਈ ਲੜਨੀ ਹੈ ਤਾਂ ਵਕੀਲ ਦਾ ਪ੍ਰਬੰਧ ਅਸੀਂ ਕਰਕੇ ਦੇਵਾਂਗੇ ਇਹਨਾਂ ਨੂੰ। ਜੇ ਇਹਨਾਂ ਨੇ ਆਪਣੀ ਜਿਵੇਂ ਇਹਨਾਂ ਨੇ ਦੱਸਿਆ ਕਿ ਅਸੀਂ ਰਾਜਨੀਤਿਕ ਤੌਰ 'ਤੇ ਵੀ ਫਿਰ ਸੱਟ ਮਾਰੀਏ ਪਤਾ ਲੱਗੇ ਅਗਲੇ ਨੂੰ, ਤਾਂ ਬਠਿੰਡਾ ਫਿਰੋਜ਼ਪੁਰ ਜਿੱਥੇ ਵੀ ਇਹ ਪ੍ਰੋਗਰਾਮ ਬਣਾਉਂਦੇ ਨੇ ਅਸੀਂ ਇਹਨਾਂ ਦੇ ਨਾਲ ਹੀ ਆਪਣੇ ਆਪ ਨੂੰ ਇਕੱਲੇ ਨਾ ਮਹਿਸੂਸ ਕਰਨ, ਅਸੀਂ ਇਹਨਾਂ ਦੇ ਨਾਲ ਪਰਛਾਵੇਂ ਵਾਂਗ ਖੜਾਂਗੇ, ਸਾਰੀ ਜਥੇਬੰਦੀ ਡਟ ਕੇ ਖੜੂਗੀ। ਔਰ ਜਿਹੜੇ ਗਲਤ ਬੰਦੇ ਨੇ ਉਹਨਾਂ ਨੂੰ ਤੁਰੰਤ ਜਿੱਥੇ ਸਸਪੈਂਡ ਕੀਤਾ ਜਾਣਾ ਚਾਹੀਦਾ ਉੱਥੇ, ਇਹਨਾਂ ਗਰੀਬ ਬੰਦਿਆਂ ਦਾ, ਇਹਨਾਂ ਦੀ ਵੀ ਗਲਤੀ ਹੈ ਕਿਉਂ ਦਿੱਤੇ ਪੈਸੇ, ਲੇਕਿਨ ਇਹਨਾਂ ਤੋਂ ਗਲਤੀ ਹੋ ਗਈ, ਪਰ ਇਹਦਾ ਇਹ ਮਤਲਬ ਨਹੀਂ ਵੀ ਤੁਸੀਂ ਗਰੀਬ ਬੰਦਿਆਂ ਦੇ ਇੱਦਾਂ ਪੈਸੇ ਹੜੱਪੋਗੇ। ਸ਼੍ਰੋਮਣੀ ਕਮੇਟੀ, ਅਸੀਂ ਇਹਨਾਂ ਹਰਕਤਾਂ ਨੂੰ ਵੇਖਦੇ ਹਾਂ, ਇਹਨਾਂ ਨੂੰ ਪਹਿਲਾਂ ਵੀ 3 ਸਤੰਬਰ ਨੂੰ ਸ਼ਰਮ ਪੱਤਰ ਦੇ ਕੇ ਆਏ ਸੀਗੇ ਗੋਬਿੰਦ ਸਿੰਘ ਲੌਂਗੋਵਾਲ ਦੇ ਨਾਂ 'ਤੇ, ਲੇਕਿਨ ਇਹਨਾਂ ਨੇ ਸਾਡਾ ਉਹ ਸ਼ਰਮ ਪੱਤਰ ਫੜ ਲਿਆ, ਪਰ ਸ਼ਰਮ ਨਹੀਂ ਕਰੀ ਬਿਲਕੁਲ ਉਸ ਤੋਂ ਬਾਅਦ। ਔਰ ਐਡੇ ਵੱਡੇ ਪੱਧਰ 'ਤੇ ਫਰੋਡ ਹੋ ਰਹੇ ਨੇ, ਮੈਨੂੰ ਇਹ ਵੀਰ ਦੱਸ ਰਹੇ ਸੀ, ਕਾਫੀ ਸਾਡੀ ਡਿਸਕਸ ਹੋਈ ਹੈ ਪਹਿਲਾਂ ਘੰਟਾ ਡੇਢ ਘੰਟਾ ਬੈਠ ਕੇ, ਕਹਿੰਦੇ ਜਦੋਂ ਅਸੀਂ ਅੱਜ ਉੱਥੇ ਨਾਅਰੇ ਲਾਏ, ਇਹਨਾਂ ਨੇ ਨਾਅਰੇਬਾਜ਼ੀ ਕੀਤੀ, ਉਹ ਵੀਡੀਓ ਵੀ ਕੁਛ ਭੇਜੀਆਂ ਨੇ ਵੀ ਇਹ ਚੋਰ ਇੱਥੇ ਇਕੱਠੇ ਹੋਏ ਨੇ, ਤਾਂ ਉੱਥੇ ਬਹੁਤ ਲੋਕ ਹੋਰ ਐਸੇ ਆ ਗਏ ਜਿਨ੍ਹਾਂ ਦੇ ਕੇਸ ਚੱਲਦੇ ਨੇ ਜੀ, ਕੇਸ ਇਹਨਾਂ 'ਤੇ ਕਰ ਰੱਖੇ ਨੇ, ਉਹ ਕਹਿੰਦੇ ਨੇ ਵੀ ਅਸੀਂ ਵੀ ਤੁਹਾਡੇ ਨਾਲ ਹਾਂ। ਤੋ ਮੈਂ ਪੂਰੇ ਪੰਜਾਬ ਵਿੱਚ ਵੱਸਦੇ ਹੋਏ ਲੋਕਾਂ ਨੂੰ ਬੇਨਤੀ ਕਰਦਾ ਕਿ ਜਿਹੜੇ ਇਹਨਾਂ ਤੋਂ ਸਤਾਏ ਹੋਏ ਲੋਕ ਨੇ, ਜਿਹੜੇ ਇਹਨਾਂ ਤਾਕਤਵਰ ਲੋਕਾਂ ਤੋਂ ਡਰੇ ਹੋਏ ਨੇ ਕਿ ਅਸੀਂ ਕੀ ਕਰ ਲਾਂਗੇ, ਉਹਨਾਂ ਲਈ ਦਰਬਾਰੇ ਖਾਲਸਾ ਜਥੇਬੰਦੀ ਦੇ ਦਰਵਾਜ਼ੇ ਖੁੱਲ੍ਹੇ ਨੇ, ਸੀਮਤ ਸਾਧਨਾਂ ਦੇ ਹੁੰਦਿਆਂ ਵੀ ਅਸੀਂ ਲੋੜਵੰਦਾਂ ਲਈ ਲੜਾਈ ਲੜਾਂਗੇ। ਔਰ ਜਿਵੇਂ ਇਹ ਵੀਰ ਸਾਨੂੰ ਪ੍ਰੋਗਰਾਮ ਬਣਾ ਕੇ ਦੱਸ ਦੇਣ ਵੀ ਕਿਹੜੇ ਦਿਨ ਬਠਿੰਡੇ ਜਾਣਾ, ਕਿਹੜੇ ਦਿਨ ਫਿਰੋਜ਼ਪੁਰ ਜਾਣਾ, ਅਸੀਂ ਉੱਥੇ ਜਾ ਕੇ ਲੋਕਾਂ ਦੇ ਵਿੱਚ ਵੀ ਇਹਨਾਂ ਦਾ ਜਿਹੜੀ ਡੌਂਡਕੀ ਪਿੱਟਾਂਗੇ, ਇਹਨਾਂ ਨੂੰ ਦੱਸਾਂਗੇ ਕਿ ਇਸ ਤਰ੍ਹਾਂ ਇਹ ਸੁਖਬੀਰ ਹੋਰਾਂ ਨੂੰ ਜਿਹੜਾ ਫੰਡ ਹੈ ਉਹ ਇਸ ਤਰ੍ਹਾਂ ਇਕੱਠਾ ਕੀਤਾ ਜਾਂਦਾ ਲੋੜਵੰਦ ਲੋਕਾਂ ਤੋਂ। ਸੋ ਇਹ ਜਿਹੜੇ ਗਰੀਬ ਬੰਦੇ ਨੇ ਵਿਚਾਰੇ, ਕੋਈ ਡਿਊਟੀ ਕਰਦਾ, ਦੇਖੋ ਹੁਣ ਇਹ ਭਾਈ ਸਾਹਿਬ ਇਹਨਾਂ ਨੂੰ ਕਹਿੰਦੇ, ਤੁਹਾਨੂੰ ਕੀ ਕਿਹਾ ਵੀ ਤੁਹਾਨੂੰ ਕਦੀ ਨੌਕਰੀ 'ਤੇ ਕਿਹਾ ਸੀਗਾ ਜੀ? ਕਲਰਕ ਦੀ ਜੀ।
ਉਹ ਬੰਦਾ ਦੇਖਦੇ ਨੇ ਜੀ ਵੀ ਜੇ ਕੇਸਾਧਾਰੀ ਨਹੀਂ ਉਹਨੂੰ ਕਹਿੰਦਾ ਵੀ ਕਲਰਕ ਹੈ। ਹੋਰ ਇੱਥੇ ਵੀਰ ਬਹੁਤ ਸਾਰੇ ਉਹ ਚਲੇ ਗਏ ਪਹਿਲਾਂ, ਉਹਨਾਂ ਨੂੰ ਘਰੇਲੂਰ ਜਿਵੇਂ ਸੀਗੇ ਬਹੁਤ ਆਏ ਸੀ। ਸੋ ਇਸ ਕਰਕੇ ਹਾਂਜੀ ਕੋਈ ਖਾਸ ਗੱਲ ਹੈ ਤਾਂ ਕੋਈ ਵੀ ਕਹਿਣਾ ਚਾਹੁੰਦੇ ਦੱਸੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਤਰਸੇਮ ਸਿੰਘ ਪਿੰਡਰਨੋ ਤੋਂ, ਜੋ ਕਿ ਗੁਰਦੁਆਰਾ ਸਾਹਿਬ ਡਿਊਟੀ ਕਰਦਾ ਜੀ, ਸਾਨੂੰ ਕਾਫੀ 8-9 ਮਹੀਨਿਆਂ ਤੋਂ ਪਰੇਸ਼ਾਨ ਕੀਤਾ ਜਾ ਰਿਹਾ। ਹਰ ਵਾਰੀ ਇਹਨਾਂ ਨੇ ਕੁਰਸੀ 'ਤੇ ਬੈਠ ਕੇ ਆਰਡਰ ਮਾਰ ਦਿੰਦੇ ਨੇ ਵੀ ਤੁਸੀਂ ਇੰਨੀ ਤਰੀਕ ਨੂੰ ਮੀਟਿੰਗ 'ਤੇ ਪਹੁੰਚਣਾ। ਅਸੀਂ ਆਪਣੀ ਡਿਊਟੀ ਦਾ ਪ੍ਰਬੰਧ ਕਰਕੇ ਪਹੁੰਚਦੇ ਹਾਂ, ਪਰ ਸਾਨੂੰ ਕੀ ਦਿੱਤਾ ਜਾਂਦਾ? ਤਰੀਕ, ਤਰੀਕ 'ਤੇ ਤਰੀਕ ਦਿੱਤੀ ਜਾਂਦੀ ਹੈ। ਸਾਡੇ ਘੱਟੋ ਘੱਟ ਵੀ 6-7 ਗੇੜੇ ਲੱਗ ਗਿਆ ਜੀ। ਹਾਂਜੀ ਹਾਂਜੀ, 6000 ਗੱਡੀ ਕਰਕੇ ਜਾਂਦੇ ਹਾਂ ਜੀ। ਖਰਚ ਗੇੜੇ ਲੱਗ ਗਏ ਅਤੇ 36000 ਇਹ ਹੋ ਗਿਆ। ਹਾਂਜੀ ਹਾਂਜੀ, ਅਤੇ ਕਈ ਗੇੜੇ ਲੱਗ ਗਏ। ਫਿਰ ਅਸੀਂ ਜਦੋਂ ਅੱਜ ਜਦੋਂ ਮਿਲੇ ਹਾਂ ਉਹਨਾਂ ਨੂੰ, ਸ਼੍ਰੋਮਣੀ ਕਮੇਟੀ ਦੇ ਮੈਂਬਰ ਸਾਹਿਬ, ਅਤੇ ਉਹਨਾਂ ਨੂੰ ਜਦੋਂ ਕਿਹਾ ਵੀ ਤੁਸੀਂ ਆਪਣੀ ਇਸ ਇਹਦੇ ਵਿੱਚ ਤੁਸੀਂ ਆਪਣੀ ਜ਼ਿੰਮੇਵਾਰੀ ਲਓ, ਸਾਨੂੰ ਪੈਸੇ ਦਿਵਾਓ, ਉਹਨਾਂ ਨੇ ਸਾਫ਼ ਇਨਕਾਰ ਕਰ ਦਿੱਤਾ ਵੀ ਸਾਡੀ ਇਹਦੇ ਵਿੱਚ ਕੋਈ ਜ਼ਿੰਮੇਵਾਰੀ ਨਹੀਂ। ਅੱਛਾ, ਕਿਹਨੇ ਕਿਹਾ ਇਹ ਜ਼ਿੰਮੇਵਾਰੀ? ਇਹ ਜੀ ਆਪਣੇ ਕਰਮੋਵਾਲ ਸਾਹਿਬ ਨੇ ਅਤੇ ਸੁਖਦੇਵ ਸਿੰਘ ਜੀ ਜਿਹੜੇ। ਹਾਂਜੀ ਹਾਂਜੀ, ਇਹ ਕਰਮੋਵਾਲਾ ਜੀ ਉਹ ਵੱਖਰਾ ਟੌਪਿਕ ਹੈ ਵੀ ਇਹ ਉਹੀ ਲੋਕ ਨੇ ਜਿਹੜੇ ਸਾਡੀ ਦਰਸ਼ਨੀ ਡਿਊਟੀ 'ਤੇ ਨੇ, ਇਹਨਾਂ ਨੂੰ ਜਿਨ੍ਹਾਂ 'ਤੇ ਪਰਚੇ ਹੋਣੇ ਚਾਹੀਦੇ ਸੀ, ਇਹ ਅੱਜ ਫੇਰ ਦੁਬਾਰਾ ਉੱਥੇ ਜੱਜਮੈਂਟਾਂ ਦੇ ਰਹੇ ਨੇ, ਬੈਠ ਕੇ ਜੱਜ ਬਣ ਕੇ ਬੈਠੇ ਨੇ, ਕੋਈ ਇਹਨਾਂ 'ਤੇ ਐਕਸ਼ਨ ਨਹੀਂ ਹੋ ਰਿਹਾ। ਸੋ ਮੈਂ ਇਹਨਾਂ ਵੀਰਾਂ ਨੂੰ ਇਹ ਬੇਨਤੀ ਕਰਦਾ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਿ ਦ੍ਰਿੜਤਾ ਦੇ ਨਾਲ ਤੁਸੀਂ ਦ੍ਰਿੜਤਾ ਦੇ ਨਾਲ ਡਟਣਾ। ਹੁਣ ਇਹ ਸਾਡੇ ਇਸ ਸਿਸਟਮ ਨੂੰ ਤਾਰੋ ਪੀੜ ਕਰਨਗੇ, ਤੁਹਾਡੇ ਕੰਨ 'ਚ ਫੂਕਾ ਮਾਰਨਗੇ, ਮੈਂ ਓਪਨਲੀ ਕਹਿ ਦਿੰਦਾ ਹੁਣ ਸਾਰੀ ਗੱਲ, ਤੁਹਾਨੂੰ ਕਹਿਣਗੇ ਤੁਹਾਨੂੰ ਰੱਖ ਲੈਂਦੇ ਹਾਂ, ਦੂਜੇ ਨੂੰ ਛੱਡ ਦਿਓ, ਜਾਂ ਇਹ ਗੱਲਾਂ ਬਹੁਤ ਕਰਨਗੇ। ਜੇ ਏਕਤਾ ਨਾਲ ਤੁਸੀਂ ਲੜਦੇ ਹੋ, ਅਸੀਂ ਤੁਹਾਡੇ ਨਾਲ ਪਰਛਾਵੇਂ ਵਾਂਗ ਖੜਾਂਗੇ, ਇਹ ਮੈਂ ਬਾਰ ਬਾਰ ਬੇਨਤੀ ਕਰ ਰਿਹਾ। ਸੋ ਇਹ ਅੱਜ ਮਸਲਾ ਜਿਹੜਾ ਪੂਰੇ ਧਿਆਨ ਵਿੱਚ ਲਿਆਂਦਾ, ਅਸੀਂ ਦੁਨੀਆ ਭਰ ਵਿੱਚ ਵਸਦਿਆਂ ਹੋਇਆ ਜਿਹੜਾ ਚੰਗਾ ਮੀਡੀਆ, ਸੁਚੇਤ ਮੀਡੀਆ, ਭਾਵੇਂ ਉਹ ਸਾਡੇ ਨੈਸ਼ਨਲ ਚੈਨਲ ਨੇ, ਸਾਰਿਆਂ ਨੂੰ ਹੱਥ ਬੰਨ ਕੇ ਬੇਨਤੀ ਕਰਦੇ ਹਾਂ ਕਿ ਇਹ ਵਿਚਾਰੇ ਲੋਕ ਜਿਹੜੇ ਬੜੇ ਦਹਿਸ਼ਤ ਦੇ ਵਿੱਚ ਨੇ, ਦਬੇ ਹੋਏ ਨੇ, ਕਿੰਨਾ ਚਿਰ ਹੋ ਗਿਆ? ਅਗਸਤ 2018 ਤੋਂ 9 ਮਹੀਨੇ ਲਗਭਗ ਹੋ ਗਏ, ਵਾਰ ਵਾਰ ਇਹਨਾਂ ਤੋਂ ਗੇੜੇ ਮਰਾਈ ਜਾਂਦੇ ਨੇ। ਇਹਨਾਂ ਦੀ 3-3 ਹਜ਼ਾਰ ਤਨਖਾਹ ਹੈ, ਗਰੀਬ ਬੰਦੇ ਨੇ ਜੀ, ਗ੍ਰੰਥੀ ਸਿੰਘ 3 ਹਜ਼ਾਰ, ਅਤੇ 6 ਹਜ਼ਾਰ ਇਹਨਾਂ ਦਾ ਲੱਗ ਜਾਂਦਾ ਉੱਥੇ ਗੱਡੀ 'ਤੇ, ਮਸਾਂ 100-200 ਪਾ ਕੇ ਇਹ ਜਾਂਦੇ ਨੇ। ਸੋ ਇਸ ਕਰਕੇ ਇਹਨਾਂ ਕਰਪਟ ਬੰਦਿਆਂ ਦੇ ਖਿਲਾਫ਼ ਅਸੀਂ ਡਟ ਕੇ ਲੜਾਈ ਲੜਨੀ ਹੈ। ਅਤੇ ਮੈਂ ਸਮੂਹ ਸੰਗਤ ਨੂੰ, ਸਾਰੀਆਂ ਗੱਲਾਂ ਭੁੱਲ ਜਾਓ, ਰਾਜਨੀਤਿਕ ਬਖਰੇਵੇਂ ਭੁੱਲ ਜਾਓ, ਵੀ ਡਟ ਕੇ ਇਹਨਾਂ ਵੀਰਾਂ ਦਾ ਸਹਿਯੋਗ ਦੇਣਾ। ਆਪਾਂ ਜਿਵੇਂ ਵੀ ਇਹ ਪ੍ਰੋਗਰਾਮ ਬਣਾ ਕੇ ਦੱਸਦੇ ਨੇ ਉੱਥੇ ਨਾਲ ਖੜਨਾ, ਅਤੇ ਨਹੀਂ ਤਾਂ ਇਹ ਚੰਗੀ ਚਾਹੁੰਦੇ ਨੇ। ਸੁਖਬੀਰ, ਮੈਂ ਤੈਨੂੰ ਇਹ ਕਹਿਣਾ ਚਾਹੁੰਦਾ ਕਿ ਤੂੰ ਜੇ ਚੰਗੀ ਚਾਹੁੰਦਾ, ਹਿੰਮਤ ਨਾਲ ਇਹਨਾਂ ਦੇ ਇੱਕ ਤਾਂ ਪੈਸੇ ਮੜਵਾ ਦੇ ਗਰੀਬ ਬੰਦਿਆਂ ਦੇ, ਅਤੇ ਦੂਜਾ ਨਾਲੇ ਉਹਨੂੰ ਸਸਪੈਂਡ ਕਰ ਦੇ, ਆਪਣੇ ਜਿਹੜੇ ਤੁਹਾਡੇ ਉੱਥੇ ਚਮਚੇ ਰੱਖੇ ਹੋਏ ਨੇ ਉਹਨਾਂ ਨੂੰ ਸਸਪੈਂਡ ਕਰ ਦੇ, ਇਹਨਾਂ ਦੇ ਪੈਸੇ ਵਾਪਸ ਮਵਾ ਦੇ। ਇਹ ਨਾ ਹੋਵੇ ਇੱਕ ਵੱਡੀ ਲੋਕ ਲਹਿਰ ਖੜੀ ਹੋਣ ਲੱਗੀ ਹੈ। ਹੋਰ ਜਿਹੜੇ ਤੁਹਾਡੇ ਸਤਾਏ ਹੋਏ ਬੰਦੇ ਨੇ ਉਹ ਸਾਡੇ ਕੋਲ ਆਉਣਗੇ, ਹੁਣ ਵੀਡੀਓ ਦੇਖ ਦੇਖ, ਜਿੰਨੇ ਆਉਣਗੇ ਅਸੀਂ ਐਂ ਡਟ ਕੇ ਖੜਾਂਗੇ। ਅਤੇ ਤੁਹਾਡੇ ਲਵੇ ਜੋ ਤੁਸੀਂ ਇੱਦਾਂ ਹਰੇਕ ਨੂੰ ਦਬਕਾ ਲੈਂਦੇ ਹੋ, ਇੱਦਾਂ ਅਸੀਂ ਦਬਕਣ ਵਾਲੇ ਨਹੀਂ। ਇਹ ਸੁਖਬੀਰ ਨੂੰ ਮੈਂ ਖਾਸ ਤੌਰ 'ਤੇ ਕਹਿਣਾ ਚਾਹੁੰਦਾ ਕਿ ਉਹਨੂੰ ਸੁਭਾਅ ਬਣਿਆ ਹੋਇਆ, ਕਦੇ ਉਹ SIT ਨੂੰ ਮਾਰਦਾ ਦਬਕੇ, ਕੁੰਬਰ ਵਿਜੇ ਪ੍ਰਤਾਪ ਹੋਰਾਂ ਨੂੰ, ਕਦੇ ਕਿਸੇ ਨੂੰ। ਇੱਦਾਂ ਹੁਣ ਚੱਲਣਾ ਨਹੀਂ, ਬਹੁਤਾ ਚਿਰ ਇਹ ਲੋਕਤੰਤਰ ਹੈ। ਇਸ ਕਰਕੇ ਅਸੀਂ ਡਟ ਕੇ ਇਹਨਾਂ ਵੀਰਾਂ ਦੇ ਨਾਲ ਖੜੇ ਹਾਂ ਜੀ, ਪਰ ਇਹ ਖੜੇ ਰਹਿਣ ਰਹੇ, ਮੈਂ ਇਹਨਾਂ ਦੇ ਮੂੰਹ 'ਤੇ ਕਹਿੰਦਾ ਇਹ ਖੜੇ ਰਹਿਣ, ਅਸੀਂ ਵੀ ਖੜਾਂਗੇ ਜੀ। ਸੋ ਸਾਰਿਆਂ ਦਾ, ਹਾਂਜੀ ਪਰੇਸ਼ਾਨ ਹੈ ਜੀ, ਅਸੀਂ ਤੁਹਾਡੇ ਨਾਲ ਖੜੇ ਹਾਂ ਜੀ, ਤੁਸੀਂ ਸਾਡੇ ਨਾਲ ਖੜੇ, ਸਾਡਾ ਸਾਥ ਦਿਓ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ। ਇਹਨਾਂ ਕੋਲ ਬਹੁਤ ਵੀਡੀਓ ਨੇ, ਬਹੁਤ ਕੁਛ ਹੈ, ਉਹ ਸਾਰਾ ਡਾਕੂਮੈਂਟ ਇਹ ਸਾਂਭ ਕੇ ਰੱਖਣਗੇ। ਚੈੱਕ ਨੇ ਜੀ 10-10 ਲੱਖ ਦੇ ਦਿਓ, ਵਿਜੇ ਸਿੰਘ ਦੇ, ਉਹਦੇ ਵੀ 10-10 ਲੱਖ ਦੇ, ਦੋ ਚੈੱਕ ਸਾਨੂੰ ਦਿੱਤੇ ਹੋਏ ਨੇ ਗਰੰਟੀ ਵਾਸਤੇ। ਉਹ ਫਿਰ ਚੈੱਕਾਂ ਦਾ ਕੀ ਬਣਿਆ, ਲਾ ਕੇ ਨਹੀਂ ਦੇਖੇ? ਨਹੀਂ, ਉਹ ਖਾਤੇ 'ਚ ਕੁਛ ਨਹੀਂ ਗਏ। ਕਿੱਡੇ ਫਰੋਡੀ ਝੂਠੇ ਬੰਦੇ ਨੇ, ਚੈੱਕ ਦੇ ਦਿੰਦੇ ਨੇ, ਕੱਟ ਕੇ ਚੈੱਕ ਕੱਟ ਕੇ ਦਿੰਦੇ ਨੇ, ਪਰ ਜਦੋਂ ਇਹ ਜਾ ਕੇ ਚੈੱਕ ਲਾਉਂਦੇ ਨੇ ਤਾਂ ਉੱਥੇ ਚੈੱਕਾਂ 'ਚ ਪੈਸੇ ਹੀ ਨਹੀਂ ਹੈਗੇ, ਖਾਤੇ ਬੰਦ ਨੇ।
ਨੁਕਸਾਨ ਹੁੰਦਾ ਜ਼ਿੰਮੇਵਾਰ ਤੁਸੀਂ ਕਿਹਨੂੰ ਸਮਝੋਗੇ ਜੀ? ਸ਼੍ਰੋਮਣੀ ਕਮੇਟੀ ਨੂੰ ਜੀ। ਸ਼੍ਰੋਮਣੀ ਕਮੇਟੀ ਨੂੰ ਜਾਨੀ ਮਾਲੀ ਨੁਕਸਾਨ ਹੁੰਦਾ, ਸੁਖਬੀਰ ਤੇ ਸ਼੍ਰੋਮਣੀ ਕਮੇਟੀ ਦੇ ਜਿਹੜੇ ਹੈਗੇ ਨੇ ਇਹ ਅਹੁਦੇਦਾਰ ਜਿਹੜੇ ਚੈੱਕ ਦਿੰਦੇ ਨੇ ਉਹ ਇਹਨਾਂ ਦਾ ਹੋਊਗਾ। ਇਹ ਧਮਕੀਆਂ ਨਾਲ ਨਹੀਂ ਚੱਲਣਾ ਕੰਮ ਤੁਹਾਡਾ, ਤੇ ਦੇਖਦੇ ਜਾਇਓ ਤੁਸੀਂ ਅੱਗੇ ਅੱਗੇ ਕੀ ਹੁੰਦਾ ਵੀ ਤੁਸੀਂ ਇੱਦਾਂ ਹਰੇਕ ਨੂੰ ਦਬਕਾਉਂਦੇ ਹੋ। ਠੀਕ ਹੈ ਜੀ, ਹੋਰ ਕੋਈ ਖਾਸ ਗੱਲ ਲੱਗਦੀ ਹੈ? ਬਾਕੀ ਜਿਹੜੇ ਇਹਨਾਂ ਦੇ ਡਾਕੂਮੈਂਟ ਨੇ ਉਹ ਸਾਰੇ ਤੇ ਤੁਸੀਂ ਸੇਵ ਕਰਕੇ ਰੱਖਿਓ ਵੱਖੋ ਵੱਖਰੇ, ਤੇ ਆਪਾਂ ਜਿਵੇਂ ਵੀ ਹੁੰਦਾ ਜਿਵੇਂ ਤੁਸੀਂ ਪ੍ਰੋਗਰਾਮ ਬਣਾਓ ਤੇ ਆਪਾਂ ਉਸੇ ਪਾਸੇ ਤੁਰਦੇ ਹਾਂ। ਵਕੀਲਾਂ ਵਾਲਾ ਕਰਨਾ ਉਹ ਕਰਦੇ ਹਾਂ ਤੇ ਦੂਜਾ ਵੀ ਆਪਾਂ ਨਾਲ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਹਾਂ ਗੁਰੂ ਪਿਆਰੇ, ਇਹ ਇੱਕ ਉਹ ਕੌੜਾ ਸੱਚ ਹੈ ਜਿਸ ਨੂੰ ਹਰ ਕੋਈ ਸੁਣਦਾ ਵੀ ਹੈ, ਸਮਝਦਾ ਵੀ ਹੈ, ਪਰ ਬੋਲਣ ਦੀ ਹਿੰਮਤ ਬਹੁਤ ਘੱਟ ਲੋਕ ਰੱਖਦੇ ਨੇ। ਇਸ ਲਈ ਜਿਉਂਦੀਆਂ ਜ਼ਮੀਰਾਂ ਵਾਲੇ ਕਦੇ ਵੀ ਉੱਚ ਪਦਵੀਆਂ ਤੇ ਬਹਿ ਕੇ ਸਾਡੇ ਸਰਮੋਰ ਜਥੇਬੰਦੀਆਂ ਦੇ ਅਹੁਦੇਦਾਰ ਬਣ ਕੇ ਸਿਆਸੀ ਧਿਰਾਂ ਦਾ ਹੱਥ ਠੋਕਾ ਬਣ ਕੇ ਅਗਰ ਚੱਲਦੇ ਨੇ ਤਾਂ ਅਸੀਂ ਇਹੀ ਕਹਾਂਗੇ ਕਿ ਉਹਨਾਂ ਦੀਆਂ ਜ਼ਮੀਰਾਂ ਵੀ ਜਿਉਂਦੀਆਂ ਨਹੀਂ ਨੇ, ਕਿਉਂਕਿ ਜੇ ਉਹਨਾਂ ਦੀਆਂ ਜ਼ਮੀਰਾਂ ਜਿਉਂਦੀਆਂ ਹੁੰਦੀਆਂ ਤਾਂ ਘੱਟੋ ਘੱਟ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਧਿਆਨ ਦੇ ਵਿੱਚ ਜ਼ਰੂਰ ਰੱਖਦੇ, ਕਿਉਂਕਿ ਜੇਕਰ ਇਹਨਾਂ ਨੂੰ ਅਕਾਲੀ ਫੂਲਾ ਸਿੰਘ ਯਾਦ ਹੋਵੇ ਤਾਂ ਇਹਨਾਂ ਨੂੰ ਮਰਿਆਦਾ ਯਾਦ ਹੋਵੇ, ਜੇਕਰ ਇਹਨਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਯਾਦ ਹੋਵੇ ਤਾਂ ਇਹਨਾਂ ਨੂੰ ਮਰਿਆਦਾ ਯਾਦ ਹੋਵੇ, ਜੇ ਇਹਨਾਂ ਨੂੰ ਬਾਬਾ ਦੀਪ ਸਿੰਘ ਯਾਦ ਹੋਵੇ ਤਾਂ ਸਿੱਖ ਕੌਮ ਦੀਆਂ ਸ਼ਹਾਦਤਾਂ ਯਾਦ ਹੋਣ। ਪਰ ਅੱਜ ਕੱਲ੍ਹ ਸਿਆਸਤ ਦੇ ਭੇਟ ਸਭ ਕੁਝ ਚੜਿਆ ਹੋਇਆ ਨਜ਼ਰ ਆਉਂਦਾ ਹੈ, ਮੀਰੀ ਤੇ ਪੀਰੀ ਦਾ ਸਿਧਾਂਤ ਕਈ ਦਹਾਕਿਆਂ ਤੋਂ ਪੁੱਠਾ ਕੀਤਾ ਹੋਇਆ ਨਜ਼ਰ ਆਉਂਦਾ ਹੈ, ਤੇ ਅੱਜ ਅਗਰ ਸਿਆਸਤ ਦੇ ਵਿੱਚ ਫੇਰਬਦਲ ਨਾ ਕੀਤਾ ਗਿਆ, ਰਵਾਇਤੀ ਪਾਰਟੀਆਂ ਤੋਂ ਪੰਜਾਬ ਨੂੰ ਛੁਟਕਾਰਾ ਨਾ ਦਵਾਇਆ ਗਿਆ ਤਾਂ ਸਾਡੀਆਂ ਸਰਮੋਰ ਜਥੇਬੰਦੀਆਂ ਸਾਡੇ ਤਖ਼ਤ ਕਦੀ ਆਜ਼ਾਦ ਨਹੀਂ ਹੋ ਪਾਣਗੇ, ਤੇ ਇਹਨਾਂ ਉੱਤੇ ਭਗਵੇਂ ਏਜੰਡੇ ਦਾ ਰੰਗ ਇਸੇ ਤਰ੍ਹਾਂ ਚੜ੍ਹਦਾ ਰਹੇਗਾ। ਇਸ ਲਈ ਸਾਰੀ ਦੀ ਸਾਰੀ ਸਿੱਖ ਸੰਗਤ ਨੂੰ ਚਾਹੀਦਾ ਹੈ ਕਿ ਉਹ ਇੱਕਜੁੱਟ ਇੱਕਮੁੱਠ ਹੋਵੇ, ਅਜਿਹੀਆਂ ਜਥੇਬੰਦੀਆਂ ਦਾ ਸਾਥ ਦੇਣ ਜਿਹੜੀਆਂ ਜਥੇਬੰਦੀਆਂ ਹੱਕ ਸੱਚ ਦੀ ਗੱਲ ਕਰਦੇ ਹੋਏ ਹਰ ਕਿਸੇ ਦਾ ਡਟ ਕੇ ਮੁਕਾਬਲਾ ਕਰਦੀਆਂ ਨੇ, ਤਾਂ ਜੋ ਕੋਈ ਵੀ ਕਿਸੇ ਨੂੰ ਨੌਕਰੀ ਦਾ ਲਾਲਚ ਦੇ ਕੇ ਉਹਨਾਂ ਦੀ ਖੂਨ ਪਸੀਨੇ ਦੀ ਕਮਾਈ ਇਸ ਤਰ੍ਹਾਂ ਨਾ ਚੂਸੇ। ਉਹ ਵੀ ਸਾਡੀਆਂ ਸਰਮੋਰ ਜਥੇਬੰਦੀਆਂ ਦੇ ਅਹੁਦੇਦਾਰ ਹੁੰਦਿਆਂ ਹੋਏ, ਤਾਂ ਜੋ ਸਾਡੀਆਂ ਸਰਮੋਰ ਜਥੇਬੰਦੀਆਂ ਇੱਦਾਂ ਬਦਨਾਮ ਨਾ ਹੋਣ, ਉਹਨਾਂ ਉੱਤੇ ਲੋਕ ਉਂਗਲ ਨਾ ਚੱਕਣ। ਤੁਸੀਂ ਸਭ ਇਸ ਮਸਲੇ ਉੱਤੇ ਕੀ ਸੋਚਦੇ? ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।